ਕਿਹੜੀਆਂ ਇਸ ਕਾਂਗਰਸ ਝੂਠੀ ਅਤੇ ਝੂਠੇ ਗੁਟਕੇ ਨੇ ਸਹੁੰ ਖਾਣ ਵਾਲੀ ਇਸ ਜਿਹਦੇ 'ਚ ਕਰਨ 'ਚ ਤੇਲ ਪੈ ਵੀ ਨਹੀਂ ਰੜਕਦੀ ਉਹ ਸਰਕਾਰ ਬਾਰੇ ਆ ਜਿਹੜੀਆਂ ਲੋਕ ਮਾੜੂ ਨੀਤੀਆਂ ਹਰ ਵਰਗ ਲਈ ਜਿਹੜੀਆਂ ਇਹ ਸਰਕਾਰ ਬਣਾ ਰਹੀ ਆ ਅਤੇ ਜਿਹੜਾ ਝੂਠ ਇਹਨਾਂ ਦੀ ਰਗਾਂ 'ਚ ਇਸ ਕਾਂਗਰਸ ਦੀ ਸਰਕਾਰ ਦੇ ਰਗਾਂ 'ਚ ਰੰਗ ਰੰਗ 'ਚ ਭਰ ਗਿਆ ਆ ਇਹ ਜਿਸ ਤਰ੍ਹਾਂ ਕਹਿੰਦੇ ਆ ਕਿ ਜੇ ਇਹਨਾਂ ਦੀ ਜੀਨ 'ਚ ਹੀ ਝੂਠ ਆ ਇਹਨਾਂ ਦੀ ਹੈਰੀਡਿਟੀ ਝੂਠ ਆ ਅਤੇ ਆਹ ਵੇਖ ਲਓ ਇਹ ਮੁੱਖ ਇਸ ਸੂਬੇ ਦੇ ਮੁੱਖ ਮੰਤਰੀ ਦਾ ਹਾਲ ਵੇਖ ਲਓ ਕੈਪਟਨ ਅਮਰਿੰਦਰ ਸੋਹਣਾ ਦਾ ਆਹ ਜਿਹੜੀ 26 ਜਨਵਰੀ ਸੀ ਉਹਦੇ 'ਚ ਵੀ ਇਹਨਾਂ ਨੇ ਨੌਜਵਾਨਾਂ ਨੂੰ ਮੋਬਾਈਲ ਫੋਨ ਸਾਡੀਆਂ ਨੌਜਵਾਨ ਬੱਚਿਆਂ ਨੂੰ ਇਹਨਾਂ ਨੇ ਜੋ ਪਹਿਲਾਂ ਤਾਂ ਕਹਿੰਦੇ ਘਰ ਘਰ ਨੌਜਵਾਨ ਨੂੰ ਮੋਬਾਈਲ ਦੇਣਾ ਫਾਰਮ ਭਰਾ ਲਏ ਹੁਣ ਕਹਿੰਦੇ ਜਿਹੜੇ ਸਕੂਲ 'ਚ +1-2 'ਚ ਸਾਡੀਆਂ ਲੜਕੀਆਂ ਲੜਕੇ ਪੜ੍ਹਦੇ ਉਹਨਾਂ ਨੂੰ ਦੇਣੇ ਆ ਅਤੇ 26 ਜਨਵਰੀ ਨੂੰ ਇਹਦਾ ਉਦਘਾਟਨ ਕਰਨਾ ਹੈ ਆਹ 26 ਜਨਵਰੀ ਨਿਕਲ ਗਈ ਹੈ ਮੇਰਾ ਕਹਿਣ ਤੋਂ ਭਾਵ ਇਹ ਆ ਭਾਵੇਂ ਕਿਸਾਨ ਆ ਭਾਵੇਂ ਮਜ਼ਦੂਰ ਆ ਭਾਵੇਂ ਮੁਲਾਜ਼ਮ ਆ ਭਾਵੇਂ ਕੋਈ ਦਿਹਾੜੀਦਾਰ ਆ ਭਾਵੇਂ ਨੌਜਵਾਨ ਆ ਭਾਵੇਂ ਗਰੀਬ ਆ ਭਾਵੇਂ ਦਲਿਤ ਆ ਹਰ ਵਰਗ ਨੂੰ ਲਾਰੇ ਦੇ ਝੂਠ ਬੋਲ ਕੇ ਇਹਨਾਂ ਨੇ ਸਰਕਾਰ ਬਣਾਈ ਆ ਅਤੇ ਮੈਂ ਤਾਂ ਇਹੋ ਹੀ ਪੰਜਾਬੀਆਂ ਅੱਗੇ ਪੰਜਾਬ ਵਾਸੀਆਂ ਅੱਗੇ ਬੇਨਤੀ ਕਰਾਂਗਾ ਇਹਨਾਂ ਦੇ ਝੂਠੇ ਲਾਰਿਆਂ ਤੋਂ ਬਚਿਓ ਇਹਦੇ ਵੀਰੋ ਪੰਜਾਬ ਅੱਗੇ ਹੀ ਰੋੜੇ ਪਾਇਆ ਇਹਨਾਂ ਨੇ ਕਦੀ ਸਰਕਾਰਾਂ ਦੇ ਵੀ ਖਜ਼ਾਨੇ ਖਾਲੀ ਹੁੰਦੇ ਆ ਇਹ ਸਰਕਾਰ ਦਾ ਮਤਲਬ ਕੀ ਹੈ ਸਰਕਾਰ ਦਾ ਮਤਲਬ ਆਵਾ ਚਲਾਈ ਪੈਸਿਆਂ ਦੀ ਜਿਹੜਾ ਸਰਮਾਇਆ ਆਉਣਾ ਇੱਧਰੋਂ ਚੁੱਕਿਆ ਇੱਧਰੋਂ ਪਾਲਿਆ ਇੱਧਰੋਂ ਪਾਲਿਆ ਇਹਦੇ ਆਪਸ 'ਚ ਹੀ ਇਹਦੇ ਮੰਤਰੀ ਇਹਦੇ MLA ਇਹਦੇ MLA ਨੇ ਉੱਥੋਂ ਪਟਿਆਲੇ ਤੋਂ ਉੱਧਰ ਨੂੰ ਨਾਭੇ ਲਾਗੂ ਉਹ ਇਹਦੇ ਇਹਦੇ ਖਿਲਾਫ ਹੀ ਬੋਲਦੇ ਪਏ ਇਹਦੇ ਇਹਦੇ ਆਪਣੇ ਮੁੱਖ ਮੰਤਰੀ ਦੇ ਖਿਲਾਫ ਕੋਈ ਜ਼ਰਾ ਦੂਰ ਕੀ ਜਾਣਾ ਜਿੱਥੇ ਅਸੀਂ ਬੈਠੇ ਸੀ ਨਾਲੇ ਹਲਕੇ 'ਚ ਆਹ ਸੜਕ ਜਿਹੜੀ ਅੱਜ ਨਾਲੇ ਉਹ ਅੰਮ੍ਰਿਤਸਰ ਜਾਂਦੀ ਆ ਅਤੇ ਮੇਰਾ ਖਿਆਲ ਜੇ 2 ਮਹੀਨੇ ਵੀ ਨਹੀਂ ਹੋਏ ਕਿ ਉਹਦੇ ਮਾੜੇ ਜਿਹੜੇ ਇਹਨਾਂ ਨੇ ਪੈਚ ਵਰਕ ਜਿਹੜੇ ਅੱਗੇ ਬੜੀ ਮਸ਼ਹੂਰ ਹੈ ਕਾਂਗਰਸ ਸਰਕਾਰ ਪੈਚ ਵਰਕ ਲਈ ਉਹਦੇ ਪੈਚ ਵਰਕ ਵੀ ਅਜੇ 2 ਮਹੀਨੇ ਨੇ ਉੱਖੜ ਵੀ ਗਏ ਆ ਨਵੀਂ ਇਹਨਾਂ ਨੇ ਪ੍ਰੀਮਿਕਸ ਜਾਂ ਨਵਾਂ ਇਹਨਾਂ ਨੇ ਵੱਡੀ ਚੌੜੀ ਕੀ ਕਰਨੀ ਸੀ ਪਹਿਲਾਂ ਪਿਆ ਜਿਹੜਾ ਪ੍ਰੀਮਿਕਸ ਉਹ ਵੀ ਉੱਖੜ ਗਿਆ ਇਹਦੇ ਇਹਦੇ ਅਟਕੀ ਡਿੱਠਾ ਹਾਲ ਆ ਹਰ ਜਣਾ ਜਿਹੜਾ ਇਹ ਸੜਕ 'ਤੇ ਚੜ੍ਹਦਾ ਆ ਉਹ ਕੋਸਦਾ ਆ ਮੈਂ ਤਾਂ ਇਹੋ ਅਸੀਂ ਨਾਲੇ ਵਾਲਿਆਂ ਨੂੰ ਨਹੀਂ ਪੰਜਾਬੀਆਂ ਨੂੰ ਪੰਜਾਬ ਵਾਲਿਆਂ ਨੂੰ ਬੇਨਤੀ ਕਰਾਂਗਾ ਇਹਨਾਂ ਦੇ ਝੂਠੇ ਲਾਰਿਆਂ ਤੋਂ ਬਚਿਓ ਤਗੜੇ ਹੋ ਕੇ ਉਹ ਉਮੀਦਵਾਰ ਬਣਾਓ ਜਿਹੜੇ ਤੁਹਾਡੇ ਦੁੱਖ ਸੁੱਖ 'ਚ ਭਾਈਵਾਲ ਹੋ ਸਕਣ ਗਲਤ ਨੂੰ ਗਲਤ ਅਤੇ ਸਹੀ ਨੂੰ ਸਹੀ ਕਹਿ ਸਕਣ ਜਿਹੜੇ ਮੰਤਰੀ ਦਾ ਕਹਿਣਾ ਸਰਕਾਰ ਕੋਲ ਪੈਸਾ ਨਹੀਂ ਹੈਗਾ ਇਹ ਇਹ ਛੱਡਣ ਦੇਣ ਸਾਨੂੰ ਵਾਰੀ ਅੱਗੇ ਵੀ 10 ਸਾਲ ਰਹੇ ਹਾਂ ਅਤੇ ਅਸੀਂ ਆਪੇ ਜਿੱਥੋਂ ਮਰਜ਼ੀ ਲਈਏ ਕਿ ਕਿਸੇ ਕਾਲੇ ਚੋਰ ਤੋਂ ਲਈਏ ਕਿਸੇ ਸਾਧ ਕੋਲ ਲਈਏ ਕਿਸੇ ਕੋਲ ਲਈਏ ਛੱਡਣ ਮੌਕਾ ਦੇਣ ਸਾਨੂੰ ਆਪੇ ਹੀ ਭਰ ਲਾਂਗੇ ਆਪੇ ਹੀ ਕਰ ਲਾਂਗੇ ਇਹ ਵੀ ਕਦੇ ਹੋ ਗਿਆ ਕਿ ਜੈਮਰਾਂ ਵਾਲੀ ਪੈਸੇ ਨਹੀਂ ਹੈਗੇ ਤੇ ਸਰਕਾਰ ਸਰਕਾਰ ਦੀ ਨੀਂਦ ਚਾਹੀਦੀ ਕੰਮ ਕਰਨ ਨੂੰ ਇਹ ਤੇ ਬੜੀ ਦੁੱਖ ਦੁੱਖਦਾਈ ਜਿਹੜਾ ਕਿੱਸਾ ਆ ਜਿਹੜਾ ਗੈਂਗਸਟਰਾਂ ਬਾਰੇ ਆ ਖਾਸ ਕਰਕੇ ਪੰਜਾਬ ਦੇ ਵਿੱਚ ਇੱਥੇ ਜਿਹੜੇ ਮੱਝ ਖਾਸ ਕਰਕੇ ਮੱਝ ਦੀ ਧਰਤੀ ਜਿਹੜੀ ਆ ਪੰਜਾਬ ਦੀ ਧਰਤੀ ਆ ਸਿੰਘਾਂ ਸੂਰਬੀਰਾਂ ਪੀਰਾਂ ਗੁਰੂਆਂ ਪੀਰਾਂ ਪੈਗੰਬਰਾਂ ਸ਼ਹੀਦਾਂ ਦੀ ਧਰਤੀ ਆ ਅਤੇ ਕਿਹੜੀ ਮਾਝੇ ਦੀ ਧਰਤੀ ਖਾਸ ਕਰਕੇ ਇੱਕ ਨਸਲੀ ਆ ਸ਼ਹੀਦਾਂ ਦੀ ਜੇ ਸ਼ਹੀਦ ਜਿਹੜੇ ਇਹਨਾਂ ਜੇ ਸ਼ਹੀਦਾਂ ਦਾ ਜਿਹੜਾ ਖਿਤਾਬ ਸਿੱਖ ਕੌਮ 'ਚ ਜਾਂ ਕਿਸੇ ਵੀ ਕੌਮ 'ਚ ਮਿਲਿਆ ਕਿਹੜੇ ਸ਼ਹੀਦ ਦੀ ਜਿਹੜੀ ਨਸਲੀ ਆ ਉਹ ਮਾਝੇ ਜਿਹਾ ਕੋਈ ਵੀ ਸ਼ਹੀਦ ਵੇਖ ਲਓ ਭਾਵੇਂ ਸਿੱਖ ਧਰਮ 'ਚ ਜਾਂ ਹਿੰਦੂ ਜਾਂ ਜਿੰਨੇ ਵੀ ਹੋਏ ਨੇ ਸ਼ਹੀਦ ਉਹ ਸਾਰੇ ਮਾਝੇ ਨਾਲ ਸੰਬੰਧਿਤ ਹੋਏ ਨੇ ਅਤੇ ਮਾਝੇ ਦੇ ਧਰਤੀ ਦੇ ਇਹ ਜਿਹੜੇ 2.5 ਕੁ ਟੋਟਕੂ ਜੇ ਨਸ਼ਈ ਜੇ ਫਿਰਦੇ ਪਏ ਨਸ਼ਾ ਵੀ ਆਪ ਇਹ ਕਹਿੰਦੇ ਨਸ਼ਾ ਵੀ ਬੰਦ ਕਰ ਦਾਂਗੇ 4 ਹਫ਼ਤਿਆਂ 'ਚ ਹੀ ਬੰਦ ਕਰ ਦੇਣਾ ਅਸੀਂ ਅਤੇ 4 ਸਾਲ ਹੋ ਚੱਲੇ ਆ ਇਹ ਸਾਰਾ ਜੋ ਕੁਛ ਵੀ ਕਰਾ ਰਹੀ ਆ ਇਹ ਸਰਕਾਰ ਦੀ ਪ੍ਰਸ਼ਾਸਨ ਦੀ ਮਿਲੀ ਭੁਗਤਣਾ ਹੋ ਰਿਹਾ ਗੈਂਗਸਟਰ ਦੀ ਕੀ ਜ਼ਰੂਰਤ ਆ ਗੈਂਗਸਟਰ ਕੌਣ ਗੈਂਗਸਟਰ ਨਸ਼ਈ ਨੇ
ਨਸ਼ਾ ਉਹਨਾਂ ਨੂੰ ਲੁੱਟਾ ਖੋਹਾਂ ਕਰਦੇ ਨੇ। ਇਹਦਾ ਸਾਰਾ ਪ੍ਰਸ਼ਾਸਨ ਜ਼ਿੰਮੇਵਾਰ ਹੈ, ਸਰਕਾਰ ਹੀ ਜ਼ਿੰਮੇਵਾਰ ਹੈ ਜੀ ਸਰ। ਇਸ ਚੈਨਲ ਪਰ ਚੱਲ ਰਹੇ ਮੁੱਦੋਂ ਪਰ ਆਪਣੇ ਵਿਚਾਰ ਦੇਣ ਕੇ ਲਈ ਕਮੈਂਟ ਕਰੇ ਔਰ ਅਪਡੇਟ ਰਹਿਣ ਕੇ ਲਈ ਚੈਨਲ ਕੋ ਲਾਈਕ ਐਂਡ ਸਬਸਕ੍ਰਾਈਬ ਕਰੇ ਔਰ ਹਾਂ, ਬੈਲ ਆਈਕਨ ਦਬਾਉਣਾ ਨਾ ਭੁੱਲੇਂ।